ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ 17 ਤੋਂ 18 ਜੁਲਾਈ ਨੂੰ ਪੂਰੇ ਪੰਜਾਬ ਵਿੱਚ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ। ਅੱਜ ਨਗਰ ਕੌਂਸਲ ਚੰਡਿਆਲਾ ਗੁਰੂ ਵਿਖੇ ਸਫਾਈ ਕਰਮਚਾਰੀਆਂ ਨੇ ਮਿਲ ਕੇ ਆਪਣੀ ਮੰਗਾਂ ਲੈ ਕੇ 17-18 ਜੁਲਾਈ ਨੂੰ ਪੂਰੇ ਪੰਜਾਬ ਵਿੱਚ 2 ਦਿਨ ਵਾਸਤੇ ਹੜਤਾਲ ਕੀਤੀ ਜਾ ਰਹੀ ਹੈ। ਇਸ ਹੜਤਾਲ ਦੇ ਵਿੱਚ ਆਪਣੀਆਂ ਮੰਗਾਂ ਲੈ ਕੇ ਕਰਮਚਾਰੀਆਂ ਨੇ ਵੱਧ ਤੋਂ ਵੱਧ ਚੜ ਕੇ ਹਿੱਸਾ ਲਿਆ। ਕਰਮਚਾਰੀਆਂ ਦੀਆਂ ਮੁੱਖ ਮੰਗਾਂ ਠੇਕੇਦਾਰੀ ਬੰਦ ਕਰਕੇ ਉਹਨਾਂ ਨੂੰ ਸਿੱਧੀ ਤਨਖਾਹ ਦਿੱਤੀ ਜਾਵੇ ਅਤੇ ਮੁਹੱਲਾ ਸੁਧਾਰ ਕਮੇਟੀ ਵਿੱਚ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਅਤੇ ਤਨਖਾਹ ਸਮੇਂ ਸਿਰ ਦਿੱਤੀ ਜਾਵੇ। ਇਹ ਜੀ ਸਾਡੇ ਨਾ ਠੇਕੇਦਾਰ ਆ ਜੀ ਰੱਖੇ ਜਿਹੜੇ ਆ ਸਫਾਈ ਕਰਮਚਾਰੀ ਆ, ਸਾਡਾ ਇਹਨਾਂ ਨਾਲ ਕੋਈ ਰਾਬਤਾ ਨਹੀਂ ਗਾ, ਇਹ ਠੇਕੇਦਾਰੀ ਇਹ ਅਧੀਨ ਕੰਮ ਕਰਨ ਡਿਆ, ਪਰ ਇਹਨਾਂ ਦੀ ਪੰਜਾਬ ਲੈਵਲ 'ਤੇ ਅੱਜ ਹੜਤਾਲ ਚੱਲ ਰਹੀ ਆ। ਉਹਨਾਂ ਦਾ ਕਹਿਣਾ ਇਹ